ਵਾਹ ਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਤਹਰਾ ਪਰ ਪੁੰਨ ਪੁੰਨ ਸਿਸਾ ਪੁੰਨ ਪੁੰਨ ਸੇ ਸਾ ਬੰਦੋਂ ਬਾਰ ਪਾਰ ਜਗ ਦੇ ਸ਼ਾਨ ਜਿਸਮਾ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬੁ ਦਤ ਬੰਦੋ ਕਰਿ ਅਨੁਰਾਗ ਇਕੰਕਾਰ ਸਤਗੁਰੂ ਤਹਿ ਪ੍ਰਸਾਦ ਸਚ ਹੋਵੇ ਵਾਹਿਗੁਰੂ ਜੀ ਸਤ ਹੈ ਬਿਗਨ ਬਿਨਾਸ਼ਨ ਸੋਏ ਤੁਹਾਨੂੰ ਤੁਹਾਨੂੰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਨਦੀਨ ਦੁਨੀਆਂ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰਬ੍ਰਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਭ ਰੂਪ ਸੱਚੇ ਪਾਤਸ਼ਾਹ ਅੰਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਜੋੜੋ ਦੋਵੇਂ ਹੱਥ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫੇਰ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਬੜੇ ਪਿਆਰ ਦੇ ਨਾਲ ਦੋਵੇਂ ਹੱਥ ਜੋੜੋ ਸਿਰ ਝੁਕਾਓ ਅਦਬ ਸਤਕਾਰ ਸਹਿਤ ਗੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਤਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਗਤ ਨੂੰ ਤਾਰਨ ਹਾਰ ਵਾਸਤੇ ਤਾਰਨ ਵਾਸਤੇ ਇਸ ਧਰਤੀ ਤੇ ਆ ਗਏ ਸਤਗੁਰੂ ਜੀ ਦੀ ਮਹਾਨ ਪਵਿੱਤਰ ਕਥਾ ਆਪ ਦੀ ਸਿੱਖ ਸੰਗਤ ਬੜੇ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹਾਂ ਹਜ਼ੂਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤ੍ਰਿਆ ਰਾਜ ਵਿੱਚ ਗਏ ਹਨ ਉੱਥੇ ਜਾ ਕੇ ਸਾਧ ਸੰਗਤ ਜੀ ਉਹਨਾਂ ਇਸਤਰੀਆਂ ਨੂੰ ਨੂਰ ਸ਼ਾ ਨੂੰ ਮਹਾਰਾਜ ਨੇ ਚਰਨ ਪੌਲ ਦੀ ਦਾਤ ਬਖਸ਼ਿਸ਼ ਕੀਤੀ ਉਹਨਾਂ ਨੂੰ ਚੰਗੇ ਪਾਸੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਲਾਇਆ ਇਹ ਸਾਰਾ ਪ੍ਰਸੰਗ ਆਪ ਜੀ ਨੇ ਸਾਧ ਸੰਗਤ ਜੀ ਕੱਲ ਸਰਵਣ ਕੀਤਾ ਸੀਗਾ ਹਜ਼ੂਰ ਮਹਾਰਾਜ ਚਲਦਿਆਂ ਚਲਦਿਆਂ ਉੱਥੇ ਪਹੁੰਚੇ ਹੈ ਜਿੱਥੇ ਸਾਧ ਸੰਗਤ ਜੀ ਪਰਥਰੀ ਜੋਗੀ ਰਹਿਂਦਾ ਹੈ ਮਹਾਰਾਜ ਬਾਣੀ ਵਿੱਚ ਵੀ ਕਹਿੰਦੇ ਐ ਕਹੋ ਨਾਨਕ ਸੁਣ ਪਰਥਰ ਜੋਗੀ ਜੋਗੀ ਦਾ ਨਾਮ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਵਿੱਚ ਵੀ ਉਚਾਰਨ ਕੀਤਾ ਕਹੋ ਨਾਨਕ ਸੁਣ ਪਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ ਹਜੂਰ ਧੰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਗੁਰੂ ਨਾਨਕ ਸਹਿਬ ਮਹਾਰਾਜ ਜਦੋਂ ਉੱਥੇ ਪਹੁੰਚੇ ਆ ਇੱਕ ਥਾਂ ਤੇ ਜਾ ਕੇ ਬੈਠ ਗਏ ਕੁਦਰਤੀ ਉਧਰੋਂ ਪਰਥਰੀ ਜੋਗੀ ਜੀ ਵੀ ਆ ਰਹੇ ਸਨ ਜੋਗੀ ਨੇ ਵੇਖਿਆ ਚਿਹਰਾ ਬੜਾ ਜਗ ਰਿਆ ਕੋਈ ਰੱਬੀ ਮਿਹਰ ਇਹਨਾਂ ਦੇ ਚਿਹਰੇ ਦੇ ਉੱਤੇ ਹੈ ਜੋਗੀ ਨੇ ਮੱਥਾ ਟੇਕਿਆ ਜੀ ਪੁੱਛਿਆ ਮਹਾਰਾਜ ਆਪ ਜੀ ਕੌਣ ਭਾਈ ਬਾਲਾ ਜੀ ਨੇ ਦੱਸਿਆ ਇਹ ਮੇਰੇ ਮਾਲਕ ਹਨ ਸਤਿਗੁਰੂ ਹਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਪਰਥਰ ਜੋਗੀ ਨੇ ਪਰਥਰੀ ਜੋਗੀ ਨੇ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਸਰਵਣ ਕੀਤਾ ਪਿਆਰਿਓ ਪਰਥਰੀ ਜੋਗੀ ਇੱਕ ਦਮ ਆਨੰਦ ਵਿੱਚ ਹੋ ਗਿਆ ਪਿਆਰ ਦਾ ਉਛਾਲਾ ਵੱਜਿਆ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਿਰ ਰੱਖ ਕੇ ਆਖਿਆ ਮਹਾਰਾਜ ਅਹੋ ਬਾਗਿਆ ਮਹਾਰਾਜ ਮੇਰੇ ਬੜੇ ਵੱਡੇ ਭਾਗ ਨੇ ਅੱਜ ਮੇਰੀ ਕੀਤੀ ਹੋਈ ਸਾਧਨਾ ਨੂੰ ਫਲ ਲੱਗ ਗਿਆ ਹੈ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆਪ ਜੀ ਦੇ ਦਰਸ਼ਨ ਹੋ ਗਏ ਪਰਥਰੀ ਜੋਗੀ ਨੇ ਬੜੀ ਨਿਮਰਤਾ ਨਾਲ ਬਚਨ ਕਹੇ ਮਹਾਰਾਜ ਮੈਂ ਆਪ ਜੀ ਨੂੰ ਉਡੀਕ ਰਿਹਾ ਸਾਂ ਮਹਾਰਾਜ ਕਹਿੰਦੇ ਜੋਗੀ ਜੀ ਤੁਸੀਂ ਸਾਨੂੰ ਕਿਉਂ ਉਡੀਕ ਰਹੇ ਸੀ ਤੇ ਜੋਗੀ ਨੇ ਅੱਗੋਂ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਮੈਨੂੰ ਨਾਰਦ मुनि ਜੀ ਕਹਿ ਕੇ ਗਏ ਸਨ ਪਰ 3 ਜੋਗੀ ਇੱਕ ਦਿਨ ਆਏਗਾ ਪਰਮੇਸ਼ਰ ਨੇ ਇਸ ਧਰਤੀ ਤੇ অবতার ਧਾਰਨ ਕਰਨਾ ਉਹਨਾਂ ਦਾ ਨਾਮ ਹੋਣਾ ਗੁਰੂ ਨਾਨਕ ਦੇਵ ਸਾਹਿਬ ਤੂੰ ਇੱਥੇ ਬੈਠਾ ਰਹਿ ਉਹ ਤੈਨੂੰ ਵੀ ਦਰਸ਼ਨ ਦੇ ਕੇ ਨਿਹਾਲ ਕਰਨਗੇ ਮਹਾਰਾਜ ਮੈਂ ਉਰੋਂ ਦਾ ਹੀ ਬੈਠਾ ਤੁਹਾਡੇ ਦਰਸ਼ਨ ਅਨੁਲੋਚਦਾ ਸਾਂ ਮਹਾਰਾਜ ਅੱਜ ਤੁਹਾਡੇ ਦਰਸ਼ਨ ਹੋਏ ਐ ਗਰੀਬ ਨਵਾਜ਼ ਮੈਂ ਨਿਹਾਲ ਹੋ ਗਿਆ ਐ ਇਹ ਸਾਰਾ ਪ੍ਰਸੰਗ ਕੱਲ ਤੁਸੀਂ ਸਰਵਣ ਕੀਤਾ ਸੀ ਮਹਾਰਾਜ ਕੁਝ ਸਵਾਲ ਮੈਂ ਨਾਰਦ मुनि ਜੀ ਕੋਲੋਂ ਪੁੱਛਣਾ ਚਾਹੁੰਨਾ ਸਾਂ ਉਹ ਕਹਿੰਦੇ ਸਨ ਗੁਰੂ ਨਾਨਕ ਸਾਹਿਬ ਕੋ ਪੁੱਛੇ ਸੋ ਮਹਾਰਾਜ ਮੈਂ ਉਹ ਸਵਾਲ ਹੁਣ ਪੁੱਛ ਸਕਦਾ ਹਾਂ ਮਹਾਰਾਜ ਕਹਿੰਦੇ ਪੁੱਛੋ ਜੋਗੀ ਜੀ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਹੁਣ ਇਥੋਂ ਕਥਾ ਆਰੰਭ ਹੋ ਰਹੀ ਹੈ ਆਓ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਸਰਵਣ ਕਰੋ ਗੱਜ ਕੇ ਆਖੋ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾ ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਂਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਬਹੁਤ ਦਿਵਸ ਕੀ ਕਰਤ ਉਡੀਕਾ ਸੋ ਲੀਜੈ ਉਤਰ ਅਬਨੀਕਾ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿਣ ਲੱਗੇ ਮਹਾਰਾਜ ਕਹਿੰਦੇ ਤੁਸੀਂ ਬੜੇ ਚਿਰ ਦੀ ਸਾਡੇ ਉਡੀਕ ਕੀਤੀ ਐ ਜੋਗੀ ਜੀ ਪੁੱਛ ਲਓ ਜੋ ਪੁੱਛਣਾ ਹੈ ਹਾਂਜੀ ਬੋਲਿਓ ਤਬਹ ਭਰਤਰੀ ਬਾਨੀ ਤੇ ਹੱਥ ਜੋੜ ਕੇ ਭਰਤਰੀ ਜੋਗੀ ਜੀ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਸੁਨੋ ਕਿਰਪਾਲ ਸਕਲ ਗੁਣ ਖਾਨੀ ਏ ਗੁਣਾ ਦੀ ਖਾਨ ਕਿਰਪਾਲੂ ਦਿਆਲੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਮੇਰੀ ਬੇਨਤੀ ਸੁਣਾਓ ਹਾਂਜੀ ਮੈਂ ਸਾਧਿਓ ਹੱਥ ਯੋਗ ਮਹਾਨਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਹੱਥ ਯੋਗ ਬੜਾ ਚਿਰ ਧਾਰਨ ਕੀਤਾ ਹੁਣ ਵੀ ਹੱਥ ਜੋਗ ਨੂੰ ਧਾਰਨ ਕੀਤਾ ਹੋਇਆ ਗੱਜ ਕੇ ਆਖੋ ਵਾਹਿਗੁਰੂ ਉਹ ਤੁਸੀਂ ਸੁਣਿਆ ਸੀ ਨਾ ਸ਼ਿਵਨਾਬ ਨੂੰ ਮਹਾਰਾ ਨੇ ਦੋ ਤਰੀਕਿਆਂ ਨਾਲ ਮਨ ਰੋਕਣ ਬਾਰੇ ਕਿਹਾ ਸੀ ਇੱਕ ਹੱਥ ਜੋਗ ਤੇ ਦੂਜਾ ਕਿਹੜਾ ਜੋਗ ਸੀ ਭਗਤੀ ਜੋਗ ਗੱਜ ਕੇ ਆਖੋ ਵਾਹਿਗੁਰੂ ਇਹ ਦੋ ਜੋਗ ਸਨ ਹੱਥ ਜੋਗ ਤੇ ਭਗਤੀ ਜੋਗ ਜੋਗੀ ਜੀ ਹੋਣਾ ਨੇ ਪਰਥਰੀ ਜੋਗੀ ਜੀ ਨੇ ਹੱਥ ਜੋਗ ਧਾਰਨ ਕੀਤਾ ਹੋਇਆ ਕਹਿੰਦੇ ਮਹਾਰਾਜ ਮੈਂ ਹੱਥ ਯੋਗ ਧਾਰਨ ਕੀਤਾ ਹਾਂ ਜਾਂ ਤੇ ਮਨ ਰੋਕਿਓ ਬਿਦਨਨ ਤੇ ਕਈ ਤਰ੍ਹਾਂ ਦੇ ਨਾਲ ਤੁਸੀਂ ਸੁਣਿਆ ਨਾ ਅੱਠ ਤਰੀਕਿਆਂ ਦਾ ਹੱਥ ਯੋਗ ਹੈ ਪਹਿਲਾ ਹੈ ਯਮ ਯਮ ਦੇ 10 ਪ੍ਰਕਾਰ ਨੇ ਅੱਗੇ ਨੇਮ ਹੈ ਨੇਮ ਦੇ ਕਈ ਪ੍ਰਕਾਰ ਨੇ ਇਕੰਤ ਦੇਸ਼ ਹੈ ਇਕੰਤ ਦੇਸ਼ ਦੇ ਕਈ ਪ੍ਰਕਾਰ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਕਈ ਤਰੀਕਿਆਂ ਦੇ ਨਾਲ ਆਪਣੇ ਮਨ ਨੂੰ ਰੋਕ ਕੇ ਰੱਖਿਆ ਮਨ ਨੂੰ ਕੀ ਰੋਕਣਾ ਜੀ ਮਾਫ ਕਰਿਓ ਕਥਾ ਹੀ ਕਰਨੀ ਸੌਖੀ ਹੈ ਪਰ ਮਨ ਫਿਰ ਕਥਾ ਕਰਨ ਵਾਲਿਆਂ ਦਾ ਵੀ ਗਲਤ ਪਾਸੇ ਚਲੇ ਜਾਂਦਾ ਹੈ ਜੀ ਚਲੇ ਜਾਂਦਾ ਹੈ ਮਨ ਨੂੰ ਰੋਕਣਾ ਕੀ ਹੈ ਮਨ ਨੂੰ ਗਲਤ ਪਾਸੇ ਨਹੀਂ ਜਾਣ ਦੇਣਾ ਗਲਤ ਪਾਸੇ ਨਹੀਂ ਜਾਣ ਦੇਣਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਕਈ ਤਰੀਕਿਆਂ ਨਾਲ ਮਨ ਨੂੰ ਰੋਕਣ ਦਾ ਯਤਨ ਕੀਤਾ ਹਾਂ ਜੀ ਮਨ ਨਿਰਮਲ ਤੇ ਸੁਭ ਗਤ ਹੋਵੇ ਤੇ ਗਤੀ ਤੇ ਉਦੋਂ ਹੀ ਹੋਣੀ ਹੈ ਜਦੋਂ ਮਨ ਨਿਰਮਲ ਹੋ ਗਿਆ ਤੇ ਪਰਮੇਸ਼ਰ ਦੀ ਪ੍ਰਾਪਤੀ ਹੋਈ ਜੀ ਜਿਸ ਮਨ ਵਿੱਚ ਮੈਲ ਹੈ ਨਾ ਪਿਆਰਿਓ ਮਾਫ ਕਰਿਓ ਉਹਨਾਂ ਚਿੱਤਕ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਭਾਵੇਂ ਜੋ ਮਰਜ਼ੀ ਕਰੀ ਜਾਵੇ ਜੀ ਇੱਕ ਥਾਂ ਤੇ ਮਹਾਰਾਜ ਬਾਣੀ ਵਿੱਚ ਕਿਰਪਾ ਕਰਦੇ ਮਨ ਮੈਲਾ ਸਭ ਕਿਛ ਮੈਲਾ ਕੱਦ ਕੇ ਆਖੋ ਵਾਹਿਗੁਰੂ ਪੜਿਓ ਪੰਗਤੀ ਸਾਰੇ ਮਨ ਮੈਲਾ ਸਭ ਕਿਛ ਮੈਲਾ ਤੇ ਮੈਂ ਇੱਕ ਗੁਰਮੁਖਾਂ ਦੇ ਅਰਥ ਸੁਣ ਰਿਹਾ ਸਾਂ ਉਹ ਕਹਿੰਦੇ ਜੇ ਮਨ ਮੈਲਾ ਤੇ ਕੀਤੇ ਸੇਵਾ ਵੀ ਮੈਲੀ ਹੈ ਭਾਵਨਾ ਜੂ ਮਲੀਨ ਹੈਗੀ ਪਿੱਛੇ ਜੀ ਜੇ ਮਨ ਮੈਲਾ ਤੇ ਸਭ ਕੁਛ ਹੀ ਮੈਲਾ ਕਹਿੰਦੇ ਸਭ ਕੁਝ ਹੀ ਮੈਲਾ ਹੁਣ ਧਿਆਨ ਨਾ ਸੁਣਿਓ ਕਹਿੰਦੇ ਮਹਾਰਾਜ ਜਿੰਨਾ ਚਿਰ ਤੱਕ ਮਨ ਨਿਰਮਲ ਨਹੀਂ ਹੁੰਦਾ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਜਿੰਨਾ ਚਿਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣਾ ਚਿਰ ਤੱਕ ਗਤੀ ਨਹੀਂ ਹੋਣੀ ਹਾਂਜੀ ਜਨਮ ਮਰਨ ਕੇ ਸੰਕਟ ਖੋਵੈ ਤੇ ਮਨ ਨਿਰਮਲ ਹੋਣ ਨਾਲ ਹੀ ਜਨਮ ਜਨਮ ਦੇ ਸੰਕਟ ਦੂਰ ਹੋਣੇ ਹਾਂਜੀ ਜਬ ਲਉ ਮਨ ਇਹੋ ਰਹੇ ਮਲੀਨਾ ਕਾਬਲ ਹੋਏ ਨਾ ਬੰਧ ਨਹੀਂ ਨਾ ਹੋਰ ਬੜੇ ਧਿਆਨ ਨਾਲ ਸੁਣਿਓ ਇਹ ਮਤ ਸੋਚਿ ਕੇ ਵੀ ਜੋਗੀ ਦੀ ਕਾਂਦ ਤੇ ਮਹਾਰਾਜ ਸੁਣ ਰਹੇ ਤੇ ਆਪਾਂ ਸੁਣ ਕੇ ਆਨੰਦ ਲਈ ਜਾਣਾ ਪਿਆਰਿਓ ਨਾਲ ਦੇ ਅਲੰਦਰ ਵਿੱਚ ਆਤੀ ਮਾਰੀ ਜਾਣੀ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਚਿਰ ਤੱਕ ਮਨ ਮੈਲਾ ਹੈ ਮਨ ਮਲੀਣ ਹੈ ਉਹਨਾਂ ਚਿੱਤਿਕ ਬੰਧਨਾਂ ਦਾ ਨਾਸ਼ ਨਹੀਂ ਹੋਣਾ ਜੀ ਉਹਨਾਂ ਚਿੱਤਿਕ ਬੰਧਨ ਨਾਸ਼ ਨਹੀਂ ਹੋਣੇ ਬੰਧਨ ਵੀ ਇੱਕ ਤਰ੍ਹਾਂ ਦਾ ਨਹੀਂ ਹੈ ਕਾ ਜਿੰਨੇ ਔਗੁਣ ਨੇ ਸਾਰੇ ਬੰਧਨ ਹੀ ਨੇ ਨਾਨਕ ਔਗੁਣ ਜੇਤੜੇ ਤੇਤੇ ਗਲੀਆਂ ਜੰਜੀਰ ਤੇ ਬੰਧਨਾ ਦੇ ਸੰਗਲ ਬੰਦੇ ਦੇ ਗਲ ਵਿੱਚ ਪਏ ਜੀ ਕਹੇ ਨੇ ਆਕਾਸ਼ ਵਿੱਚ ਉੱਡਣਾ ਪਿਆਰਿਓ ਖੰਭ ਲੱਗੇ ਆਕਾਸ਼ ਵਿੱਚ ਕਹੇ ਪੰਛੀ ਨੇ ਉੱਡਣਾ ਵੇ ਉਹਨੋ ਸੰਗਲਾਂ ਦੇ ਨਾਲ ਬੰਨ੍ਹ ਦੇ ਰੱਸੀਆਂ ਨਾਲ ਕੋਈ ਬੰਨ੍ਹ ਦਵੇ ਦਸੋ ਉੱਡ ਪਏਗਾ ਜੀ ਆਪਾਂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਤਾਂ ਉਹ ਗੁਣਾਂ ਤੇ ਪਏ ਸੰਗਲ ਕਿਵੇਂ ਪ੍ਰਾਪਤੀ ਹੋਏਗੀ ਜੀ ਜੋਗੀ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਮਨ ਮੈਲ ਦੂਰ ਨਹੀਂ ਕਰਦਾ ਮਨ ਮਲੀਨ ਹੈ ਤੇ ਮਨ ਮਲੀਨ ਹੈ ਤੇ ਬੰਧਨ ਟੁੱਟਣੇ ਨਹੀਂ ਬੰਧਨ ਪਏ ਹੋਏ ਆ ਹਾਂਜੀ ਭਗਤ ਵਿਖੇ ਨਿਰਮਲ ਮਨ ਕੈਸੇ ਉਹਨਾਂ ਚਰਤਕ ਤੇ ਮਨ ਨਿਰਮਲ ਰਹਿੰਦਾ ਜਿਨ੍ਹਾਂ ਚਰਤਕ ਹੱਠ ਜੋਗ ਬੰਦਾ ਕਰਦਾ ਬਾਅਦ ਵਿੱਚ ਮਨ ਫਿਰ ਮੇਲਾ ਹੋ ਜਾਂਦਾ ਮਹਾਰਾਜ ਫਿਰ ਭਗਤੀ ਵਿੱਚ ਮਨ ਨਿਰਮਲ ਕਿਵੇਂ ਹੋਵੇ ਮੇਰਾ ਹਾਂਜੀ ਹੋਵਤ ਹੈ ਸੋ ਕਹੋ ਵਿਦ ਤੈਸੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਦੱਸੋ ਮੇਰਾ ਮਨ ਨਿਰਮਲ ਕਿਵੇਂ ਹੋਵੇ ਮੇਰੇ ਮਨ ਚੋਂ ਮੈਲ ਕਿਵੇਂ ਦੂਰ ਹੋਵੇ ਹਾਂਜੀ ਬੇਨਾ ਜੋਗ ਅਸਮੰਜਸ ਗਾਥਾ ਥਿਰਤਾ ਹੋਵੇ ਪ੍ਰਾਪਤ ਮਨ ਸਾਥਾ ਸੱਚੇ ਪਾਤਸ਼ਾਹ ਯੋਗ ਕਰਕੇ ਮਨ ਨੂੰ ਸਥਿਰ ਰੱਖਣਾ ਬੜਾ ਕਠਿਨ ਹੈ ਅੱਜ ਕਿ ਆਖੋ ਵਾਹਿਗੁਰੂ ਸੰਗਤ ਜੀ ਮਹਾਰਾਜ ਨੇ ਬੜੀ ਵੱਡੀ ਕਿਰਪਾ ਕੀਤੀ ਆਪਾਂ ਨੂੰ ਸੰਗਤ ਬਖਸ਼ੀ ਹੈ ਗੁਰੂ ਘਰ ਦੀ ਸੰਗਤ ਬਖਸ਼ੀ ਹੈ ਪਿਆਰ ਨਾਲ ਬੰਦਾ ਆਵੇ ਸਤਿਗੁਰੂ ਜੀ ਦੀ ਬਾਣੀ ਪੜੇ ਮਹਾਰਜ ਜੀ ਦੀ ਹਾਜ਼ਰੀ ਚ ਕਥਾ ਕੀਰਤਨ ਸੁਣੇ ਗੁਰੂ ਗੁਰੂ ਜਪੇ ਤੇ ਸਜੇ ਸਜੇ ਗੁਰਾਂ ਦੀ ਕਿਰਪਾ ਨਾਲ ਮਨ ਵਸ ਵਿੱਚ ਆ ਜਾਂਦਾ ਜੀ ਨਹੀਂ ਤੇ ॠषि मुनि ਮਨ ਦੇ ਪਿੱਛੇ ਲੱਗ ਲੱਗ ਕੇ ਹਾਰ ਗਏ ਜੀ ਤੇ ਮਨ ਵਸ ਵਿੱਚ ਨਾ ਆਇਆ ਮਨ ਵਸ ਵਿੱਚ ਕਦੋਂ ਆਉਂਦਾ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜਦੋਂ ਉਸ ਪਰਮੇਸ਼ਰ ਦੀ ਪੂਰਨ ਕਿਰਪਾ ਹੁੰਦੀ ਹੈ ਨਾ ਫਿਰ ਕਹੇ ਗੁਰਮੁਖ ਦਾ ਮਨ ਵਸ ਵਿੱਚ ਆਉਂਦਾ ਜੇ ਇਮਾਨਦਾਰੀ ਨਾਲ ਮੈਂ ਆਪਣੀ ਵੀ ਗੱਲ ਕਰਦਾ ਤੇ ਤੁਸੀਂ ਆਪਣੇ ਮਨਾਂ ਵਿੱਚ ਵੀ ਵੇਖ ਲਿਓ ਠੀਕ ਹੈ ਗੁਰੂ ਘਰ ਵੀ ਆਉਂਦੇ ਆ ਸਭ ਕੁਝ ਕਰਦੇ ਆ ਪਰ ਚੱਲਦੇ ਮਨ ਦੇ ਪਿੱਛੇ ਹੀ ਆਂਦੇ ਮਨ ਦੇ ਪਿੱਛੇ ਜਿਸ ਕੰਮ ਵਿੱਚ ਸਾਡਾ ਮਨ ਸਹਿਮਤ ਹੋ ਜੇ ਭਾਵੇਂ ਉਹ ਗਲਤੀ ਹੋਵੇ ਬੰਦਾ ਕਰਨ ਲੱਗਿਆ ਇੱਕ ਖਿੰਨ ਨਹੀਂ ਲਾਉਂਦਾ ਜੀ ਭਾਵੇਂ ਕੰਮ ਗਲਤੀ ਹੈ ਬਸ ਮਨ ਸਹਿਮਤ ਹੋ ਗਿਆ ਤੇ ਇੱਕ ਖਿੰਨ ਲਾਉਂਦਾ ਕਰਨ ਲੱਗਿਆ ਜੀ ਮਹਾਰਾਜ ਮਨ ਨਹੀਂ ਵਸ ਵਿੱਚ ਆਉਂਦਾ ਸੱਚੇ ਪਾਤਸ਼ਾਹ ਹਾਂਜੀ ਇਕ ਸੰਸੈ ਮੁਝ ਅਸ ਪ੍ਰਕਾਰੀ ਦੂਸਰ ਕਹੋ ਤੁਮਾਰ ਅਗਾਰੀ ਇਕ ਤੇ ਮਹਾਰਜ ਮੇਰਾ ਇਹ ਸੰਸਾਰ ਬੇ ਮਹਾਰਜ ਮਨ ਕਿਵੇਂ ਵਸ ਵਿੱਚ ਰਵੇ ਬੜੇ ਹੱਥ ਜੋਗ ਕਰ ਕਰਕੇ ਵੇਖ ਲਿਆ ਜਿੰਨਾ ਚਿਰ ਹੱਥ ਜੋਗ ਹੁੰਦਾ ਉਹਨਾਂ ਚਿਤਕ ਮਨ ਠੀਕ ਰਹਿੰਦਾ ਪਿੱਛੋਂ ਮਨ ਫਿਰ ਵਿਕਾਰੀ ਹੋ ਜਾਂਦਾ ਜੀ ਮਹਾਰਜ ਨੇ ਬਾਣੀ ਚ ਸਾਡਾ ਸੁਭਾਅ ਦੱਸਿਆ ਜੀ ਗੱਜ ਕੇ ਆਖੋ ਵਾਹਿਗੁਰੂ ਆਪ ਜੀ ਤੇ ਗੁਰੂ ਕੀ ਸੰਗਤੋਂ ਬੜੇ ਵੱਡੇ ਹਾਂ ਮੇਰਾ ਹੀ ਸੁਭਾਅ ਮਹਾਰਾ ਨੇ ਬਾਣੀ 'ਚ ਦੱਸਿਆ ਮਹਾਰਾਜ ਕਹਿੰਦੇ ਐ ਇੱਕ ਬੰਦਾ ਕਥਾ ਕੀਰਤਨ ਕੀਤਾ ਸਮਝ ਲਓ ਚੰਦਨ ਦਾ ਲੇਪ ਉੱਤੇ ਚੜ ਗਿਆ ਚੰਦਨ ਦਾ ਲੇਪ ਚੜ ਗਿਆ ਚੰਦਨ ਦਾ ਲੇਪ ਚਾੜ ਕੇ ਤੇ ਫਿਰ ਲੇਟੀਆਂ ਫਿਰ ਸੁਭਾਅ ਵਿੱਚ ਹੀ ਮਾਰਨੀਆਂ ਜੀ ਗੰਦਗੀ ਚੀ ਮਾਰਨੀ ਹੈ ਤੇ ਦੱਸੋ ਚੰਦਨ ਦਾ ਲੇਪ ਕੀ ਅਸਰ ਕਰੇਗਾ ਜੀ ਉਹ ਐਸੇ ਬੰਦੇ ਨੂੰ ਗਦਾ ਆਖਿਆ ਮਹਾਰਾਜ ਨੇ ਗੱਜ ਕੇ ਆਖੋ ਵਾਹਿਗੁਰੂ ਚੰਦਨ ਲੇਪ ਉਤਾਰੈ ਧੋਏ ਗਰਦਬ ਪ੍ਰੀਤ ਪਸ਼ਮ ਸੰਗ ਹੋਏ ਕਹਿੰਦੇ ਗਦੇ ਨੂੰ ਚੰਦਨ ਦਾ ਲੇਪਣ ਵੀ ਲਾ ਦਿਓ ਪਰ ਉਹਦੀ ਜਿਹੜੀ ਪ੍ਰੀਤੀ ਹੈ ਨਾ ਉਹ ਪਸ਼ਮ ਦੇ ਨਾਲ ਹੀ ਹੈ ਪਛਮ ਨਾਲ ਹੀ ਹੁਣ ਇਹਦਾ ਤਤਪਾਭ ਸਮਝਣਾ ਹੈ ਮਨ ਦਾ ਸੁਭਾਅ ਹੈ ਕਥਾ ਕੀਰਤਨ ਨਾਮ ਸਿਵਰਨ ਨਿਤ ਨਿਯਮ ਦਾ ਰਸ ਚੜਦਾ ਥੋੜੀ ਜੀ ਹਵਾ ਮਿਲਦੀ ਹੈ ਮਨ ਫਿਰ ਸਵਾਚੀ ਲੇਟੀਆਂ ਲਾਉਂਦਾ ਹੈ ਠੀਕ ਮਹਾਰਜ ਸੱਚੇ ਪਾਤਸ਼ਾਹ ਇੱਕ ਤੇ ਮੇਰਾ ਇਹ ਸੰਸਾ ਹੈ ਹਾਂਜੀ ਪੀ ਪਿਆਲਾ ਸਿੱਧ ਹੋਵੇ ਮਸਤਾਨੇ ਦੂਜਾ ਇਹ ਮੇਰਾ ਸੰਸਾ ਹੈ ਵੀ ਮਹਾਰਜ ਜਦੋਂ ਤੇ ਨਸ਼ੇ ਦਾ ਪਿਆਲਾ ਪੀ ਲਿੰਨੇ ਸ਼ਰਾਬ ਪੀ ਲਿੰਦੇ ਸਨ ਭੰਗ ਪੀ ਲਿੰਦੇ ਸਨ ਸਿੱਧ ਲੋਕ ਜੋਗੀ ਲੋਕ ਦਾਸ ਨੇ ਇਤੋਂ ਤੱਕ ਵੀ ਸੁਣਿਆ ਵੀ ਇਸ ਦੇਸ਼ ਵਿੱਚ ਸ਼ਰਾਬ ਭੰਗ ਜਿਹੜੀ ਪੀਣ ਦਾ ਰਵਾਜ ਸੀਗਾ ਨਾ ਇਹ ਤੋੜਿਆ ਹੀ ਇਹਨਾਂ ਸਿੱਧਾਂ ਨੇ ਸੀਗਾ ਜੀ ਤੋੜਿਆ ਹੀ ਇਹਨਾਂ ਨੇ ਮਹਾਰਾਜ ਜਿੰਨਾ ਚਿਰ ਪੀ ਲਿੰਨੇ ਆ ਤੇ ਪੀ ਕੇ ਜਿੰਨਾ ਚਿਰ ਜਪਦੇ ਆ ਨਾਮ ਉਨਾ ਚਿਰ ਤੇ ਮਹਾਰਾਜ ਮਨੈ ਮਸਤਾਨਾ ਰਹਿੰਦਾ ਭਗਤ ਬਣਿਆ ਰਹਿੰਦਾ ਮਨ ਹਾਂਜੀ ਰਹਿ ਅਨਾਹਦ ਧੁਨ ਗਲ ਤਾਨੇ ਐ ਐਂਜੇ ਹੁੰਦਾ ਜਿਵੇਂ ਅਨਾਹਦ ਧੁਨੀਆਂ ਵੱਜ ਜਾਂਦੀਆਂ ਨੇ ਪਰ ਮਹਾਰਾਜ ਉਹਨਾ ਚਿਰਤ ਕੀ ਜਿਨ੍ਹਾਂ ਚਿਰਤਕ ਨਸ਼ਾ ਹੁੰਦਾ ਹਾਂਜੀ ਬੇਖੇ ਬਾਸ਼ਨਾ ਤੇ ਬਹਿਰਾਗੀ ਉਹਨਾ ਚਿਰ ਤੇ ਮਹਾਰਾਜ ਕੋਈ ਮਾੜਾ ਫੁਰਨਾ ਨਹੀਂ ਬਣਦਾ ਅੰਦਰ ਜਿਨ੍ਹਾਂ ਚਿਰਤਕ ਸ਼ਰਾਬ ਦਾ ਅਸਰ ਹੁੰਦਾ ਜੇ ਭਗਤੀ ਕਰਨ ਲੱਗ ਪਈਏ ਤੇ ਮਹਾਰਾਜ ਕੋਈ ਮਾੜਾ ਫੁਰਨਾ ਨਹੀਂ ਮੇਰੇ ਅੰਦਰ ਪੈਦਾ ਹੁੰਦਾ ਹਾਂਜੀ ਨਿਸ ਬਾਸੁਰ ਏਕੋ ਲਿਵ ਲਾਗੀ ਉਦੋਂ ਤੇ ਫਿਰ ਐ ਦਿਨ ਰਾਤ ਰੱਬ ਵਿੱਚ ਲਿਵ ਲੱਗੀ ਹੁੰਦੀ ਮੇਰੀ ਹਾਂਜੀ ਭਗਤ ਵਿਖੇ ਕਾਂਕੇ ਬਲ ਸੰਗਾ ਪਰ ਫਿਰ ਮਹਾਰਾਜ ਮਨ ਜਿੰਨਾ ਚਿਰ ਅਸਰ ਰਹਿੰਦਾ ਹੈ ਨਾ ਉਹਨਾਂ ਚਿਰ ਤੱਕ ਜੁੜਿਆ ਰਹਿੰਦਾ ਅਸਰ ਟੁੱਟ ਜਾਵੇ ਫਿਰ ਮਨ ਨਸ਼ਾ ਮੰਗਦਾ ਹੈ ਗੱਜ ਕੇ ਆਖੋ ਵਾਹਿਗੁਰੂ ਮੈਂ ਅੱਗੇ ਵੀ ਤੁਹਾਨੂੰ ਬੜੀ ਬੜੀ ਬੇਨਤੀ ਕੀਤੀ ਐ ਇੱਕ ਬੰਦਾ ਸ਼ਰਾਬ ਪੀ ਕੇ ਤੇ 5 ਘੰਟੇ ਮੂਲ ਮੰਤਰ ਜਪੀ ਜਾਂਦਾ ਹ ਜੀ ਤੇ ਜਦੋਂ ਸ਼ਰਾਬ ਦਾ ਨਸ਼ਾ ਉਤਰ ਗਿਆ ਦੀ ਫਿਰ ਮੂਲ ਮੰਤਰ ਖਤਮ ਨਹੀਂ ਉਹ ਪਤਾ ਹੁੰਦਾ ਕਿ ਐ ਇਹਦੇ ਵਿੱਚ ਤਨ ਜਪਦਾ ਮਨ ਨਹੀਂ ਜਪਦਾ ਜੀ ਸਰੀਰ ਨਸ਼ੇ ਵਿੱਚ ਉਹੰਦਾ ਸ਼ਰਾਬੀ ਸ਼ਰਾਬ ਪੀ ਕੇ ਗਾਲਾਂ ਕੱਢੀ ਜਾਵੇ ਗਾਲਾਂ ਹੀ ਕੱਢੀ ਜਾਂਦਾ ਸਰੀਰ ਨਸ਼ੇ ਵਿੱਚ ਹੋ ਜਾਂਦਾ ਮਨ ਜਿਹੜਾ ਉਹ ਸਰੀਰ ਦੇ ਵਿੱਚ ਹੈ ਵਿਚਾਰਾ ਲੱਗਾ ਰਹਿੰਦਾ ਨਾਲ-ਨਾਲ ਨਾਮ ਸਰੀਰ ਦੇ ਨਾਲ-ਨਾਲ ਮਨ ਨੇ ਵੀ ਜਪਣਾ ਹੈ ਮਨ ਜਪੇਗਾ ਤੇ ਬਾਤ ਬਣਨੀ ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਮਨ ਜਪੇਗਾ ਤੇ ਬਾਤ ਬਣੇਗੀ ਹਾਂ ਜੇ ਲੇਵਾਂ ਲਾਗੇ ਹੈ ਇੱਕ ਹੈ ਹਰ ਰੰਗਾ ਮਹਾਰਾਜ ਕੋਈ ਐਸਾ ਤਰੀਕਾ ਦੱਸੋ ਵੀ ਨਸ਼ੇ ਦੇ ਨਾਲ ਤੇ ਕੁਝ ਸਮਾਂ ਹੀ ਅੰਦਰ ਰੰਗ ਰਹਿੰਦਾ ਹੈ ਪਿਆਰ ਰਹਿੰਦਾ ਹੈ ਮਹਾਰਾਜ ਅਠੇ ਪੈਰ ਇੱਕ ਰੰਗ ਵਿੱਚ ਮੈਂ ਰੰਗਿਆ ਰਵਾਂ ਅਠੇ ਪੈਰ ਬੜੀ ਵੱਡੀ ਗੱਲ ਹੈ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਨਹੀਂ ਹੈਗੀ ਪਰ ਇੱਕ ਤੁਕ ਬੋਲਦੇ ਹੁੰਦੇ ਆ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਹੈਗੀ ਪਰ ਬੋਲਦੇ ਰਹਿੰਦੇ ਵੀ ਨਾਮ ਦਾ ਨਸ਼ਾ ਦਿਨ ਰਾਤ ਹੋਇਆ ਰਵੇ ਆਠ ਪਹਿਰ ਜਨ ਹਰ ਹਰ ਰਾਤਾ ਅੱਠੇ ਪਹਿਰ ਨਾਮ ਚ ਬੰਦਾ ਰਤਿਆ ਰਵੇ ਹਾਂਜੀ ਕਿਸ ਪ੍ਰਕਾਰ ਦ੍ਰਿੜ ਕਰਹਿ ਵਿਰਾਗਾ ਮਹਾਰਾਜ ਉਹ ਜਿਹੜਾ ਬੈਰਾਗ ਹੈ ਨਾ ਮੇਰੇ ਅੰਦਰ ਆਉਂਦਾ ਉਹ ਉਹਨਾਂ ਚਿਰ ਹੀ ਆਉਂਦਾ ਜਿਨ੍ਹਾਂ ਚਿਰ ਤੱਕ ਮਹਾਰਾਜ ਸ਼ਰਾਬ ਦਾ ਅਸਰ ਹੁੰਦਾ ਹੈ ਜਿਨ੍ਹਾਂ ਚਿਰ ਨਸ਼ੇ ਦਾ ਅਸਰ ਹੈ ਉਹਨਾਂ ਚਿਰ ਤੱਕ ਬੈਰਾਗ ਹੈ ਮਹਾਰਾਜ ਉਹਨਾਂ ਚਿਰ ਤੱਕ ਦ੍ਰਿੜ ਹੈ ਹਾਂਜੀ ਬੇਨ ਵਿਰਾਗ ਪ੍ਰੇਮ ਨਹਿ ਜਾਗਾ ਤੇ ਮਹਾਰਾਜ ਸੱਚੇ ਪਾਤਸ਼ਾ ਕਿਸ ਪ੍ਰਕਾਰ ਦ੍ਰਿੜ ਕਰਹਿ ਵਿਰਾਗਾ ਮਹਾਰਾਜ ਉਹ ਜਿਹੜਾ ਬੈਰਾਗ ਹੈ ਨਾਮ ਜਪਣ ਦਾ ਜੀ ਕਰਦਾ ਉਹ ਉਹਨਾਂ ਚਰਤ ਕੀ ਹੈ ਜਿੰਨਾ ਚਰਤਕ ਨਸ਼ਾ ਹੈ ਕੋਈ ਇਹੋ ਜੀ ਕਿਰਪਾ ਕਰੋ ਉਸ ਨਸ਼ੇ ਤੋਂ ਬਗੈਰ ਹੀ ਮਨ ਵਿੱਚ ਬੈਰਾਗ ਬਣਿਆ ਰਵੇ ਮਨ ਵਿੱਚ ਬੈਰਾਗ ਦ੍ਰਿੜ ਕਿਵੇਂ ਹੋਵੇ ਬਿਨ ਬੈਰਾਗ ਪ੍ਰੇਮ ਨਹਿ ਜਾਗਾ ਬਿਨਾ ਬੈਰਾਗ ਤੋਂ ਪਿਆਰ ਨਹੀਂ ਪੈਦਾ ਹੁੰਦਾ ਮਹਾਰਾਜ ਹਾਂਜੀ ਇਹ ਸੰਸਾ ਮੁੱਜ ਮਨ ਮੈਂ ਦੂ ਇਹ ਦੋ ਸੰਸੇ ਆ ਇੱਕ ਤੇ ਮੈਂ ਹੱਥ ਜੋਗ ਕਰ ਕਰਕੇ ਵੇਖ ਲਿਆ ਮਨ ਵਸ ਵਿੱਚ ਨਹੀਂ ਆਉਂਦਾ ਦੂਜਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਮਹਾਰਾਜ ਇਹ ਵੀ ਵੇਖਿਆ ਜਿਨ੍ਹਾਂ ਚਿਰਤਕ ਮੇਰੀ ਹਾਲਾਤ ਨਸ਼ੇ ਵਾਲੀ ਆ ਉਹਨਾਂ ਚਿਰਤਕ ਮੈਂ ਜੁੜਿਆ ਰਹਿਣਾ ਜਦੋਂ ਹਾਲਾਤ ਟੁੱਟ ਜਾਂਦਾ ਨਸ਼ਾ ਟੁੱਟ ਜਾਂਦਾ ਮੈਂ ਫਿਰ ਉਸ ਤਰ੍ਹਾਂ ਦਾ ਹੋ ਜਾਂਦਾ ਹਾਂ ਹਾਂ ਪ੍ਰਥਮ ਕਹੇ ਨਾਰਦ ਢਿਗ ਜੋ ਤੇ ਮਹਾਰਾਜ ਮੈਂ ਇਹੋ ਸਵਾਲ ਨਾਰਦ मुनि ਜੀ ਕੋਲੋਂ ਕਰਨਾ ਚਾਹੁੰਨਾ ਸਾਂ ਕਈ ਸਾਲ ਪਹਿਲਾਂ ਹਾਂਜੀ ਸੋ ਮੈਂ ਕਹੇ ਤੁਮਾਰ ਅਗਾਰੀ ਤੇ ਮਹਾਰਾਜ ਅੱਜ ਤੁਹਾਡੇ ਦਰਸ਼ਨ ਹੋਏ ਐ ਇਸ ਕਰਕੇ ਇਹ ਸਵਾਲ ਮੈਂ ਮਹਾਰਾਜ ਅੱਜ ਤੁਹਾਡੇ ਅੱਗੇ ਰੱਖਿਆ ਹਾਂਜੀ ਉਤਰ ਦੀਜੈ ਹਿਰਦੈ ਵਿਚਾਰੀ ਤੇ ਮਹਾਰਾਜ ਵਿਚਾਰ ਕੇ ਮਹਾਰਾਜ ਮੇਰਾ ਸ਼ੰਕਾ ਹੱਲ ਕਰੋ ਮੈਨੂੰ ਚੰਗੇ ਪਾਸੇ ਲਾਓ ਸੰਗਤ ਜੀ ਤੁਸੀਂ ਕਹੋਗੇ ਕਿ ਇਹੋ ਜੇ ਸਵਾਲ ਨੇ ਗੱਜ ਕੇ ਆਖੋ ਵਾਹਿਗੁਰੂ ਜਿਨ੍ਹਾਂ ਨੂੰ ਤੇ ਨਾਮ ਜਪਣ ਦਾ ਇੰਟਰਸਟ ਹੈ ਜਿਨ੍ਹਾਂ ਦੇ ਅੰਦਰ ਪਿਆਰ ਪੈ ਗਿਆ ਹੈ ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗ ਗਈ ਹੈ ਉਹ ਤੇ ਨਹੀਂ ਹਟਦੇ ਪਰ ਇੱਕ ਉਹ ਸ਼੍ਰੇਣੀ ਹੈ ਬੜੇ ਧਿਆਨ ਨਾਲ ਸੁਣਿਓ ਇੱਕ ਉਹ ਸ਼੍ਰੇਣੀ ਹੈ ਜਿਨ੍ਹਾਂ ਨੂੰ ਨਾਮ ਦਾ ਸਵਾਦ ਥੋੜਾ ਜਿਹਾ ਆਇਆ ਹੈ ਪਰ ਉਹਨਾਂ ਨੂੰ ਨਾਮ ਦੀ ਭੁੱਖ ਨਹੀਂ ਲੱਗੀ ਜੀ ਇੱਕ ਸ਼੍ਰੇਣੀ ਜਿਨ੍ਹਾਂ ਨੂੰ ਸੱਚੇ ਨਾਮ ਕੀ ਲੱਗੈ ਭੁੱਖ ਉਹਨਾਂ ਦੀ ਕੀ ਅਵਸਥਾ ਆਖਾਂ ਦੀਵਾ ਵਿਸਰੈ ਮਰਦਾਓ ਉਹ ਨਾਮ ਜਪਦੇ ਆ ਜਿਉਂਦੇ ਰਹਿੰਦੇ ਆ ਨਾਮ ਭੁੱਲ ਜਾਵੇ ਇੰ样 ਹੁੰਦਾ ਜਿਵੇਂ ਮਰ ਗਏ ਆ ਇਹ ਬੜੀ ਸ੍ਰੇਸ਼ਟ ਅਵਸਥਾ ਇਹ ਕਹਿੰਦਾ ਨਜ ਗਿਆ ਸੂਦੀ ਜਿਗਿਆਸੂ ਦੇ ਇੱਕ ਉਹ ਪ੍ਰਾਣੀ ਨੇ ਜਿਹੜੇ ਸੰਗਤ ਜੀ ਨਾਮ ਜਪਦੇ ਐ ਪਰ ਅੰਦਰ ਭੁੱਖ ਨਹੀਂ ਲੱਗੇ ਵੱਧੋ ਰੁਤੀ ਜੱਪੀ ਜਾਂਦੇ ਐ ਪਤਾ ਵੀ ਨਾਮ ਜਪਣਾ ਜ਼ਰੂਰੀ ਐ ਪਰ ਭੁੱਖ ਨਹੀਂ ਲੱਗੇ ਸਵਾਦ ਆਇਆ ਹੈ ਸਵਾਦ ਆਇਆ ਤੁਹਾਡੇ ਤੋਂ ਕਈ ਪ੍ਰੇਮੀ ਐਸੇ ਬੈਠੇ ਹੋਣਗੇ ਜਿਨ੍ਹਾਂ ਨੂੰ ਨਾਮ ਜਪਣ ਦਾ ਸਵਾਦ ਆਇਆ ਪਰ ਭੁੱਖ ਨਹੀਂ ਲੱਗੀ ਜੀ ਉਹ ਨਾਮ ਜਪਣ ਦਾ ਸਵਾਦ 1 ਮਿੰਟ ਵਾਸਤੇ ਆਇਆ 2 ਮਿੰਟ ਵਾਸਤੇ ਆਇਆ ਮੈਨੂੰ ਕਿਸੇ ਸਿੰਘ ਨੇ ਦੱਸਿਆ ਮੈਂ ਇਹਨੂੰ ਪੁੱਛਿਆ ਜੀ ਕਦੀ ਕਿਰਪਾ ਕਦੀ ਨਾ ਕਦੀ ਧੋਈ ਹੋਏਗੀ ਬੜੇ ਚਿਰ ਦੇ ਤੁਸੀਂ ਲੱਗੇ ਹੋ ਕੋਈ ਗੱਲਬਾਤ ਸੁਣਾਓ ਪਹਿਲਾਂ ਤੋਂ ਦੱਸਣਾ ਦੀ ਕੁਝ ਪਾਤ ਜਦੋਂ ਬਹੁਤਾ ਹੀ ਜੋਰ ਪਾਇਆ ਫਿਰ ਉਹਨਾਂ ਨੇ ਦੱਸਿਆ ਕਹਿੰਦੇ ਇੱਕ ਵਾਰੀ ਅੰਮ੍ਰਿਤ ਵੇਲੇ ਬੈਠਾ ਸੀ ਨਿਤਨੇਮ ਕਰਨ ਵਾਸਤੇ ਅੱਖਾਂ ਬੰਦ ਹੋ ਗਈਆਂ ਮੈਨੂੰ ਨਹੀਂ ਪਤਾ ਲੱਗਾ ਵੀ ਢਾਈ ਘੰਟੇ ਕਿਹੜੇ ਵੇਲੇ ਲੰਘ ਗਏ ਕਹਿੰਦੇ ਮੈਨੂੰ ਨਹੀਂ ਪਤਾ ਲੱਗਾ ਕਹਿੰਦੇ ਅੱਖਾਂ ਖੋਲੀਆਂ ਘੜੀ ਵੇਖੀ ਢਾਈ ਘੰਟੇ ਹੋ ਗਏ ਤੇ ਮੈਨੂੰ یوں ਮਹਿਸੂਸ ਹੋਇਆ ਵੀ ਜਿਵੇਂ ਇੱਕ ਮਿੰਟ ਹੀ ਲੰਘਿਆ ਹੁੰਦਾ ਕਹਿੰਦੇ ਮੈਨੂੰ یوں ਮਹਿਸੂਸ ਹੋਇਆ ਹੁਣ ਇਹਦਾ ਭਾਵ ਸਮਝਿਓ ਇਹਦਾ ਭਾਵ ਉਹ ਕਹਿੰਦੇ ਕਿ ਉਸ ਦਿਨ ਤੋਂ ਬਾਅਦ ਉਹ ਨਜ਼ਾਰਾ ਨਹੀਂ ਬਣਿਆ ਹੁਣ ਉਸ ਰਸ ਨੂੰ ਮਨ ਚਾਹੁੰਦਾ ਪਰ ਅੰਦਰੋਂ ਮਨ ਤਿਆਰ ਨਹੀਂ ਹੁੰਦਾ ਚਾਹੁੰਦਾ ਵੀ ਹੈ ਮਨ ਵੀ ਉਹ ਰਸ ਫੇਰ ਆਵੇ ਪਰ ਸੰਸਾਰ ਦੇ ਕੰਮਾਂ 'ਚ ਬੈ ਕੇ ਉਹ ਅੰਦਰੋਂ ਪੂਰੀ ਭੁੱਖ ਨਹੀਂ ਨਿਕਲਦੀ ਕਹਿੰਦੇ ਪੂਰੀ ਭੁੱਖ ਨਹੀਂ ਨਿਕਲਦੀ ਪਰ ਮਨ ਲੋਚਦਾ ਹੈ ਕਿਤੇ ਨਾ ਕਿਤੇ ਹੋ ਸਕਦਾ ਤੁਹਾਡੀ ਜ਼ਿੰਦਗੀ ਚ ਤੁਸੀਂ ਵੀ ਗੁਰਮੁਖ ਪਿਆਰੇ ਬੈਠੇ ਹੋ ਪ੍ਰੇਮ ਨਾਲ ਕਥਾ ਸੁਣਦੇ ਹੋ ਬਾਣੀ ਪੜ੍ਹਦੇ ਹੋ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਚ ਹੁੰਦੇ ਕਦੀ ਨਾ ਕਦੀ ਕੋਈ ਨਾ ਕੋਈ ਆਨੰਦ ਤੇ ਮਿਲ ਹੀ ਜਾਂਦਾ ਹੈ ਪਰ ਭੁੱਖ ਨਹੀਂ ਲੱਗਦੀ ਇੱਕ ਉਹ ਨੇ ਜਿਨ੍ਹਾਂ ਨੂੰ ਆਨੰਦ ਵੀ ਪੂਰਾ ਬਣਿਆ ਹੈ ਤੇ ਭੋਖਿਆ ਇਹ ਬਣ ਗਈ ਆ ਵੀ ਹੋਰ ਆਨੰਦ ਬਣੇ ਹੋਰ ਆਨੰਦ ਬਣੇ ਜੋਗੀ ਪਰਥਰੀ ਜੀ ਇਸੇ ਕੈਟਾਗਰੀ ਵਿੱਚ ਹਨ ਆਨੰਦ ਬਣਦਾ ਇਹਨਾਂ ਨੂੰ ਜਿੰਨਾ ਚਿਰ ਬਹਿੰਦੇ ਆਨੰਦ ਬਣਦਾ ਪਰ ਉਦੋਂ ਅਵਸਥਾ ਨਸ਼ੇ ਵਿੱਚ ਹੁੰਦੀ ਹੈ ਔਰੇ ਤੋਂ ਬਾਅਦ ਆਨੰਦ ਨਿਕਲ ਜਾਂਦਾ ਸਾਰਾ ਆਨੰਦ ਸਾਰਾ ਨਿਕਲ ਜਾਂਦਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਕਿਨੇ ਮਹਾਰਾਜ ਮੇਰੇ ਦੋ ਸ਼ੰਸੇ ਹੈ ਮੈਨੂੰ ਉੱਤਰ ਦੇਣਾ ਕਰੋ ਸ੍ਰੀ ਨਾਨਕ ਬਾਚ ਕਹਿ ਗੁਣ ਸਾਨੇ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉੱਤਰ ਦਿੱਤਾ ਜੀ ਇਹਨਾਂ ਨੂੰ ਹਾਂ ਜੀ ਸੁਣੋ ਪਰਥਰੀ ਪਰਮ ਸਿਆਣ ਗੱਜ ਕੇ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਪਰਥਰੀ ਜੀ ਤੁਸੀਂ ਬੜੇ ਸਿਆਣੇ ਹੋ ਬੜੇ ਧਿਆਨ ਨਾਲ ਸਾਡੀ ਗੱਲ ਸੁਣੋ ਹਾਂਜੀ ਨਿਰਮਲ ਮਨ ਬਿਨ ਭਗਤ ਸੋ ਨਾਹੀ ਜਿਨ੍ਹਾਂ ਚਿਰਤਕ ਮਨ ਨਿਰਮਲ ਨਹੀਂ ਐ ਨਾ ਉਹਨਾਂ ਚਿਰਤਕ ਭਗਤੀ ਨਹੀਂ ਹੈਗੀ ਜੀ ਇਹ ਰਿਟ ਕੋਈ ਸ਼ੱਕ ਨਹੀਂ ਹੈਗਾ ਜੀ ਮਨ ਮੈਲਾ ਸਭ ਕਿਛ ਮੈਲਾ ਤੇ ਗੁਰਮੁਖ ਕਥਾ ਕਰ ਰਹੇ ਸਨ ਜਿਹੜੇ ਇਸ ਪੰਕਤੀ ਤੇ ਅਰਥ ਕਰ ਰਹੇ ਸਨ ਉਹ ਕਹਿੰਦੇ ਜੇ ਮੇਰਾ ਮਨ ਮੈਲਾ ਤੇ ਕਥਾ ਕੀਤੀ ਹੋਈ ਵੀ ਮੈਲੀ ਹੈ ਪਿੱਛੇ ਵਾਸ਼ਨਾ ਜੂ ਜੁੜੀ ਹੋਈ ਹੈ ਆਵਾਸ਼ਨਾ ਸਭ ਕੁਝ ਮੈਲਾ ਕਰ ਦਿੰਦੀ ਹੈ ਮਹਾਰਾਜ ਕਹਿੰਦੇ ਮਨ ਨਿਰਮਲ ਜਿਹੜਾ ਨਾ ਨਿਰਮਲ ਮਨ ਬਿਨ ਭਗਤ ਸੋ ਨਹੀਂ ਮਨ ਨਿਰਮਲ ਨਾ ਹੋਵੇ ਤੇ ਭਗਤੀ ਨਹੀਂ ਹੁੰਦੀ ਪਰ ਭਗਤੀ ਦੇ ਨਾਲ ਹੀ ਮਨ ਨਿਰਮਲ ਹੋਣਾ ਹੈ ਇਹ ਵੀ ਬੜੀ ਵੱਡੀ ਸਚਾਈ ਹੈ ਗੱਜ ਕੇ ਆਖੋ ਵਾਹਿਗੁਰੂ ਕੀ ਭਗਤੀ ਤੋਂ ਬਗੈਰ ਮਨ ਜਿਹੜਾ ਨਿਰਮਲ ਨਹੀਂ ਹੁੰਦਾ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ ਭਗਤੀ ਤੋਂ ਬਗੈਰ ਮਹਾਰਾਜ ਕਹਿੰਦੇ ਮਨ ਨਿਰਮਲ ਨਹੀਂ ਹੁੰਦਾ ਹੁਣ 4-5 ਘੰਟੇ ਸ਼ਰਾਬ ਪੀ ਕੇ ਨਸ਼ਾ ਕਰਕੇ ਵਾਹਿਗੁਰੂ ਵਾਹਿਗੁਰੂ ਜਪ ਲਿਆ ਤੇ ਮਨ ਨਿਰਮਲ ਥੋੜੀ ਹੋ ਜਾਣਾ ਮਨ ਨੇ ਤੇ ਉਹਨੂੰ ਨਿਰਮਲ ਹੋਣਾ ਜਦੋਂ ਵਾਹਿਗੁਰੂ 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 ਪ੍ਰੇਮ ਨਾਲ ਜਪੇਗਾ ਫਿਰ ਮੈਲ ਨਿਕਲ ਨਹੀਂ ਐ ਉਹਨਾਂ ਚਿਰ ਕਿੱਥੋਂ ਨਿਕਲਣੀ ਐ ਹਾਂ ਅਵਾਜ yatharth ਸਾਚੀ ਪ੍ਰਾਹੀ ਕਹਿੰਦੇ ਐ ਇਹ ਗੱਲ ਤੇ ਤੁਹਾਡੀ ਸੱਚੀ ਐ ਕਿ ਭਗਤੀ ਤੋਂ ਬਿਗੈਰ ਮਨ ਨਿਰਮਲ ਨਹੀਂ ਹੋਣਾ ਜੋਗੀ ਜੀ ਹਾਂਜੀ ਮਨ ਨਿਰਮਲ ਨਹਿ ਜੋਗ ਬਹੀਨਾ ਹਾਂਜੀ ਤਾਤੇ ਭਗਤ ਜੋਗ ਸੁਭ ਕੀਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਭਗਤੀ ਯੋਗ ਦੇ ਨਾਲ ਮਨ ਜਿਹੜਾ ਉਹ ਸਹਿਜ ਨਿਰਮਲ ਹੁੰਦਾ ਭਗਤੀ ਦਾ ਯੋਗ ਕੀਤਿਆਂ ਮਨ ਸਹਿਜ ਨਿਰਮਲ ਹੋ ਜਾਂਦਾ ਉਹ ਕਿਵੇਂ ਬੜੇ ਧਿਆਨ ਤਾਂ ਸੁਣਿਓ ਹਾਂਜੀ ਚਹਤ ਜੇ ਗਤ ਜਗ ਮਨੁਜ ਵਿਚchn ਹਾਂਜੀ ਸੋ ਅਸ ਤਰਤ ਜੋਗ ਕੇ ਲੱਛਣ ਜਿਨ੍ਹਾਂ ਨੂੰ ਗਤੀ ਚਾਹੀਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਉਹ ਫਿਰ ਉਹਨਾਂ 'ਚ ਇਹੋ ਜਿਹੇ ਗੁਣ ਆ ਜਾਂਦੇ ਆ ਜੋਗੀ ਜੀ ਤੁਸੀਂ ਵੀ ਉਹ ਗਵਨ ਸੁਣਿਓ ਸੰਗਤ ਜੀ ਆਪਾਂ ਵੀ ਸੁਣਨੇ ਆ ਅਰਦਾਸ ਕਰਿਓ ਇਹ ਗੁਣ ਸਾਡੇ ਵਿੱਚ ਵੀ ਪੈਦਾ ਹੋਣ ਹਾਂਜੀ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨ ਮਹਿ ਮੰਦਰਾ ਕਿੰਤਾ ਕੇ ਮਹੰਡਾਵੋ ਮਹਾਰਾਜ ਕਹਿੰਦੇ ਮਨ ਨੂੰ ਰੰਗ ਛਾੜਨਾ ਪੈਣਾ ਨਾਮ ਦਾ ਗੱਜ ਕੇ ਆਖੋ ਵਾਹਿਗੁਰੂ ਮਨ ਨੂੰ ਰੰਗ ਛਾੜਨਾ ਪੈਣਾ ਹੁਣ ਰੰਗ ਕਿਵੇਂ ਚੜੇਗਾ ਉਹ ਸੁਣੋ ਜੀ ਮੈਂ ਬਾਹਰ ਦੇ ਕੱਪੜੇ ਪਿਆਰਿਓ ਪਾਏ ਹਨ ਗੁਰਮੁਖ ਰੱਬ ਦੇ ਪਿਆਰੇ ਓਵੇਂ ਨਾਮ ਦਾ ਕੱਪੜਾ ਆਪਣੇ ਉੱਤੇ ਪਾਉਂਦੇ ਐ ਕਿਵੇਂ ਪਾਉਂਦੇ ਸੁਣਿਓ ਇਕੱਲਾ ਜੋਗੀਆਂ ਵਾਸਤੇ ਨਹੀਂ ਤੇ ਸ਼ਬਦ ਸਾਡੇ ਵਾਸਤੇ ਵੀ ਹੈ ਇਤਿਹਾਸ ਦੀ ਕਥਾ ਸੁਣ ਰਹੇ ਆ ਇਹ ਨਹੀਂ ਜੋਗੀ ਨੂੰ ਕਹਤਾ ਜੀ ਬਸ ਸਾਖੀ ਬੜੀ ਵਧੀਆ ਵਧੀਆ ਦੀ ਆਨੰਦ ਆ ਗਿਆ ਜੀ ਚਲੋ ਜੀ ਇੱਕ ਪਾਸੇ ਕਰ ਪਿਆਰਿਓ ਗੁਰੂ ਦਵਾਰ ਹੈ ਹੋਏ ਸੋਝੀ ਪਾਇਸੀ ਜਦੋਂ ਸਤਗੁਰੂ ਦੀ ਹਾਜ਼ਰੀ ਚਾਉਣਾ ਸਤ ਸੰਗ ਵਿੱਚ ਆਉਣਾ ਆਪਣੀ ਝੋਲੀ ਜਿਹੜੀ ਹੈ ਨਾ ਇਹਨੂੰ ਅੱਡ ਕੇ ਆਉਣਾ ਮਹਾਰਾਜ ਦੇ ਬਚਨ ਝੋਲੀ ਛਪਾਉਣੇ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਗੁਰ ਕਾ ਸਬਦ ਮਨੈ ਮਹਿ ਮੁੰਦਰਾ ਕੈਂ ਤਾ ਕਿ ਮਾ ਹੰਡਾਵੋ। ਮਹਾਰਾਜ ਕਹਿੰਦੇ ਐ ਗੁਰੂ ਦੇ ਸ਼ਬਦ ਦੀਆਂ ਆਪਣੇ ਮਨ 'ਚ ਮੁੰਦਰਾ ਪਾਉਣੀ ਐ। ਤੁਹਾਡੇ ਤੋਂ ਜੇ ਕਿਸੇ ਨੇ ਜੋਗੀ ਵੇਖਿਆ ਹੋਵੇ ਬੱਚਿਆਂ ਨੇ ਤਾਂ ਕਦੀ ਜੋਗੀ ਵੇਖੇ ਨਹੀਂ ਹੋਣੇ। ਇਹਨਾਂ ਨੂੰ ਜੋਗੀਆਂ ਦਾ ਪਤਾ ਹੀ ਨਹੀਂ ਹੋਣਾ ਜਿਹੜੇ ਬਜ਼ੁਰਗਾਂ ਵੇਖੇ ਉਹਨਾਂ ਨੇ ਜੋਗੀ ਜੋਗੀਆਂ ਦਾ ਪਤਾ ਨਾ ਮੁੰਦਰਾ ਪਾਈਆਂ ਹੁੰਦੀਆਂ ਵੱਡੀਆਂ ਵੱਡੀਆਂ ਜੀ ਆ ਕਈ ਤਰ੍ਹਾਂ ਆਪਣੇ ਗੁਰਸਿੱਖੀ ਵਿੱਚ ਤੇ ਬੀਬੀਆਂ ਵਾਲੀਆਂ ਨਹੀਂ ਪਾਉਂਦੀਆਂ ਕਈ ਬੀਬੀਆਂ ਵਾਲੀਆਂ ਪਾਉਂਦੀਆਂ ਨੇ ਨਾ ਤੇ ਜੋਗੀਆਂ ਤਾਂ ਵੱਡੀਆਂ ਵੱਡੀਆਂ ਮੁੰਦਰਾ ਆਪਣੇ ਕੱਲ 'ਚ ਪਾਏ ਆਪਣੇ ਕੰਨਾਂ 'ਚ ਪਾਈਆਂ ਹੁੰਦੀਆਂ ਜੀ ਇਹ ਨਿਸ਼ਾਨੀ ਹੁੰਦੀ ਸੀ ਜੋਗੀਆਂ ਦੀ ਛੋਟੇ ਛੋਟੇ ਬੱਚੇ ਜੋਗੀ ਲਿਆ ਜਾਂਦੇ ਸਨ ਘਰਾਂ ਵਿੱਚੋਂ ਤੇ ਉਹਨਾਂ ਦੇ ਕੰਨਾਂ 'ਚ ਮੁੰਦਰਾ ਪਾ ਦੇਣੀਆਂ ਕੰਨ ਪਾੜਨੇ ਪਹਿਲਾਂ ਤੇ ਕੰਨ ਪਾੜ ਕੇ ਉਹਨਾਂ ਦੇ ਕੰਨਾਂ 'ਚ ਮੁੰਦਰਾ ਪਾ ਦੇਣੀਆਂ ਜੀ ਮੈਂ ਖੁਦ ਵੇਖੇ ਮੈਂ ਖੁਦ ਵੇਖੇ ਸਾਡੇ ਇਲਾਕੇ ਮੁਹੱਲੇ 'ਚੋਂ ਇੱਕ ਬੱਚੇ ਨੂੰ ਲੈ ਕੇ ਹਨ ਬੜੇ ਲੰਮੇ ਸਮੇਂ ਬਾਅਦ ਉਹ ਆਇਆ ਸੀਗਾ ਆ ਸਾਡਾ ਜਨਮ ਨਹੀਂ ਸੀ ਹੋਇਆ ਮੇਰਾ ਪਰ ਮੈਨੂੰ ਮੇਰੇ ਘਰ ਦੇ ਆਣੇ ਦੱਸਿਆ ਵੀ ਆਹ ਜਿਹੜਾ ਜੋਗੀ ਐ ਨਾ ਇਹ ਸਾਡੇ ਮੱਲੇ ਦਾ ਹੀ ਐ। ਇਹ ਬੱਚਾ ਸੀਗਾ ਤੇ ਇਹਨੂੰ ਲੱਗੇ ਜੋਗੀ। ਤੇ ਇਹਦੇ ਕੰਨ ਪਾੜੇ ਉਹਨਾਂ। ਕੰਨ ਪਾੜ ਕੇ ਕੰਨਾਂ 'ਚ ਮੁੰਦਰਾ ਪਾ ਦਿੱਤੀਆਂ ਵੱਡੀਆਂ-ਵੱਡੀਆਂ। ਇਹ ਜੋਗੀਆਂ ਦੀ ਪਛਾਣ ਸੀ। ਨਾਲ ਸਾਥ ਸੰਗਤ ਦੀ ਉਹਨਾਂ ਦੇ ਖਿੰਥਾ ਰੱਖਣੀ। ਖਿੰਥਾ ਰੱਖਣੀ। ਮਾਤਾ ਕਹਿੰਦੇ ਗੁਰੂ ਦਾ ਸ਼ਬਦ ਜਿਹੜਾ ਨਾ ਉਹ ਮੇਰੇ ਮਨ ਵਿੱਚ ਸਮਝੋ ਮੁੰਦਰਾ ਹੀ ਹਨ ਗੱਜ ਕੇ ਆਖੋ ਵਾਹਿਗੁਰੂ ਗੁਰੂ ਦਾ ਸ਼ਬਦ ਕੀ ਹੈ ਵਾਹਿਗੁਰੂ 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 ਇਹ ਮੁੰਦਰਾ ਹਨ ਜਿਵੇਂ ਇੱਕ ਜੋਗੀ ਵਾਸਤੇ ਕੰਨਾਂ 'ਚ ਮੁੰਦਰਾ ਪਾਉਣੀਆਂ ਬਹੁਤ ਜ਼ਰੂਰੀ ਨੇ ਓਵੇਂ ਭਗਤੀ ਕਰਨ ਵਾਸਤੇ ਵੀ ਸਾਧ ਸੰਗਤ ਦੀ ਮਨ ਵਿੱਚ ਗੁਰੂ ਸ਼ਬਦ ਦੀ ਮੁੰਦਰਾ ਪਾਉਣੀ ਬਹੁਤ ਜ਼ਰੂਰੀ ਹੈ ਜਿਹੜਾ ਗੁਰੂ ਦੇ ਸ਼ਬਦ ਦੀ ਮੁੰਦਰਾ ਨਹੀਂ ਪਾਉਂਦਾ ਉਹ ਸਾਧ ਸੰਗਤ ਦੀ ਕਿਵੇਂ ਬਾਤ ਬਣੇਗੀ ਇੱਕ ਜੋਗੀਆਂ ਕੋ ਹੁੰਦੀ ਗੋਦੜੀ ਜਿਨ੍ਹਾਂ ਨੂੰ ਅਖਿੰਥਾ ਕਹਿੰਦੇ ਆ ਡੋਲਾ ਉਹ ਵੀ ਹੁੰਦਾ ਇੱਕ ਮਹਾਰਾਜ ਕਹਿੰਦੇ ਖਿੰਥਾ ਖਿਮਾ ਹੰਡਾਵੋ ਸਹਿਨਸ਼ੀਲਤਾ ਜਿਹੜੀ ਐ ਉਹ ਮੈਂ ਆਪਣੇ ਗਲ ਵਿੱਚ ਗੋਦੜੀ ਪਾਈ ਹੋਈ ਮਹਾਰਾਜ ਕਹਿੰਦੇ ਭਾਵ ਇਹ ਜਿਹੜੇ ਬਾਣਾ ਪਾਇਆ ਨਾ ਜੋਗੀਆਂ ਦਾ ਮਹਾਰਾਜ ਕਹਿੰਦੇ ਬਾਰੀ ਲਿਬਾਸ ਨਾ ਹੋਵੇ ਇਹਨੂੰ ਅੰਦਰੋਂ ਇਹਦਾ ਤਤ ਭਾਵ ਸਮਝਣਾ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਇਹੋ ਸ਼ਬਦ ਦੀ ਵਿਆਖਿਆ ਜਪਜੀ ਸਾਹਿਬ ਦੀ ਪੌੜੀ ਕਰਦੀ ਹੈ ਮੁੰਦਾ ਸੰਤੋਖ शर्मपत ਝੋਲੀ ਧਿਆਨ ਕੀ ਕਰੇ ਵਿਪੂਤ ਖਿੰθα ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਇਹਦੀ ਵਿਆਖਿਆ ਕਰਦੀ ਹੈ ਉਹ ਹਾਂਜੀ ਜੋ ਕਿਛ ਕਰੇ ਪਲਾ ਕਰ ਮਨ ਸਹਿਜ ਜੋਗ ਨਿਧ ਪਾਵ ਤੇ ਜੋਗ ਦੇ ਅਭਿਆਸ ਕਰਨ ਵਾਸਤੇ ਸਮਾਧੀਆਂ ਲਾਉਂਦੇ ਐ ਮਾਧਤ ਸੱਚੇ ਪਾਤਸ਼ਾਹ ਕਹਿੰਦੇ ਮੈਂ ਸਮਾਧੇ ਕੀ ਲਾਈ ਐ ਉਹ ਵਾਹਿਗੁਰੂ ਜੋ ਕਰਦਾ ਉਹ ਭਲੇ ਲਈ ਕਰਦਾ ਹੈ ਉਹ ਜੋ ਕਰਦਾ ਹੈ ਭਲੇ ਲਈ ਕਰਦਾ ਹੈ ਕਹਿੰਦੇ ਮੈਂ ਇਸ ਜੋਗ ਸਮਾਧੀ ਚ ਟਿਕੇ ਆਂ ਭਾਪ ਪਾਣਾ ਮੰਨਣਾ ਕਦੀ ਵਾਹਿਗੁਰੂ ਦੀ ਰਜ਼ਾ ਨੂੰ ਬੁਰਾ ਨਹੀਂ ਆਖਣਾ ਹਾਂਜੀ ਬਾਬਾ ਜੁਗਤਾ ਜਿਉ ਜੁਗ ਹੈ ਜੁਗ ਜੋਗੀ ਪਰਮ ਤਤੰ ਮਹਿ ਜੋਗੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਇਸ ਤਰ੍ਹਾਂ ਜਿਹੜੀ ਜੁੜੀ ਹੋਈ ਆਤਮਾ ਉਹ ਸਾਰੇ ਜੁਗਾਂ ਦੇ ਅੰਦਰ ਜੋਗੀ ਹੈ ਗੱਜ ਕੇ ਆਖੋ ਵਾਹਿਗੁਰੂ ਤੂੰ ਤੇ ਉਹਨਾਂ ਚਿਰਤਕ ਜੋਗੀ ਜਿਨ੍ਹਾਂ ਚਿਰਤਕ ਹੱਥ ਯੋਗ ਕਰਦੇ ਹੈ ਤੂੰ ਚੰਗਾ ਹੀ ਹੈ ਪਰ ਥ੍ਰੀਡੀ ਹੈਗੇ ਚੰਗੇ ਹੋ ਪਰ ਉਹਨੇ ਚਿਰ ਦੀ ਚੰਗੇ ਨੇ ਜਿਨ੍ਹਾਂ ਚਿਰਤਕ ਹੱਥ ਯੋਗ ਹੈ ਬਾਅਦ ਵਿੱਚ ਯੋਗ ਸਮਾਧੀ ਟੁੱਟ ਜਾਂਦੀ ਹੈ ਮਹਾਰਾਜ ਕਹਿੰਦੇ ਜਿਨੇ ਗੁਰੂ ਦੇ ਸ਼ਬਦ ਦੀ ਮੁੰਦਰਾ ਆਪਣੇ ਮਨ ਵਿੱਚ ਪਾਲੀ ਸਹਿਨਸ਼ੀਲਤਾ ਦੀ ਗੋਦੜੀ ਰੱਖ ਲਈ ਮਹਾਰਜ ਕਹਿੰਦੇ ਹਰ ਯੁੱਗ ਵਿੱਚ ਉਹ ਜੋਗੀ ਰਹੇਗਾ ਉਹਦੀ ਸਮਾਧੀ ਨਹੀਂ ਟੁੱਟੇਗੀ ਹਾਂਜੀ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ਮਹਾਰਜ ਸੱਚੇ ਪਾਤਸ਼ਾਹ ਕਹਿੰਦੇ ਆ ਉਹਨੂੰ ਪਰਮੇਸ਼ਰ ਦਾ ਅੰਮ੍ਰਿਤ ਸਰੂਪ ਪ੍ਰਾਪਤ ਹੋ ਜਾਂਦਾ ਜੀ ਉਹਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਉਹਦੇ ਸਰੀਰ ਦੇ ਵਿੱਚ ਬ੍ਰਹਮ ਗਿਆਨ ਪੈਦਾ ਹੋ ਜਾਂਦਾ ਮਾੜਾ ਸੰਗਤ ਜੀ ਬਚਨ ਆਪ ਜੀ ਨੇ ਵੀ ਬੜੀ ਬੜੀ ਸੁਣੇ ਤੇ ਮੈਨੂੰ ਗਰੀਬ ਨੂੰ ਵੀ ਬੋਲਣ ਦਾ ਬੜੀ ਬੜੀ ਮੌਕਾ ਮਿਲਿਆ ਪਰ ਬਾਤ ਸਾਡੀ ਤੁਹਾਡੀ ਸਾਰਿਆਂ ਦੀ ਉਦਾਂ ਹੀ ਬਣਨੀ ਹੈ ਜਦੋਂ ਗੁਰੂ ਕਿਰਪਾ ਕਰਕੇ ਸਾਡੇ ਕੋਲੋਂ ਅਭਿਆਸ ਕਰਾਉਣਗੇ ਜੀ ਜੇ ਮਹਾਰਾਜ ਵੈਸੇ ਹੀ ਮਿਹਰ ਕਰ ਦੇਣ ਜੀ ਵੈਸੇ ਹੀ ਮਿਹਰ ਕਰ ਦੇਣ ਹਾਂਜੀ ਰਹਾਉ ਸੇਵ ਨਗਰੀ ਮਹ ਆਸਣ ਬੈਸੋ ਕਲਪ ਤਿਆਗੀ ਬਾਦੰ ਮਹਾਰਜ ਸੱਚੇ ਪਾਤਸ਼ਾਹ ਕਹਿੰਦੇ ਐ ਸ਼ਿਵ ਨਗਰੀ ਮਹਿ ਆਸਣ ਬੈਸੋਂ ਕਲਪ ਤਿਆਗੀ ਬਾਦੰ ਮਹਾਰਜ ਕਹਿੰਦੇ ਉਹ ਫਿਰ ਰੱਬ ਦੇ ਜਿਹੜੇ ਪੁਰਸ਼ ਐ ਨਾ ਉਹ ਨਿੱਧ ਸਰੂਪ ਵਿੱਚ ਬੈਠਦੇ ਐ ਕਲਿਆਣ ਸਰੂਪ ਸ਼ਿਵ ਦਾ ਅਰਥ ਐ ਕਲਿਆਣ ਕਲਿਆਣ ਸਰੂਪ ਹਿਰਦੇ ਵਿੱਚ ਟਿਕ ਜਾਂਦੇ ਐ ਪਰਮੇਸ਼ਰ ਦੇ ਰੂਪ ਵਿੱਚ ਟਿਕ ਜਾਂਦੇ ਐ ਤੇ ਜਿਨਨੇ ਆਪਣੇ ਮਨ ਵਿੱਚ ਗੁਰੂ ਦੇ ਸ਼ਬਦ ਦੀ ਮੰਦਰਾ ਪਾਲੀ ਸੰਸਾਰੀ ਟੰਡਟ ਛੱਡ ਦੇਣ ਦਾ ਮਹਾਰਾਜ ਕਹਿੰਦੇ ਉਹ ਬਾਕੀ ਕੰਮ ਨਹੀਂ ਕਰਦਾ ਫਿਰਦਾ ਜੀ ਹਾਂਜੀ ਸਿੰਘੀ ਸ਼ਬਦ ਸਦਾ ਧੁਨ ਸੋਹ ਹੈ ਅਹਨਸ ਪੂਰੇ ਨਾਦੰ ਮਹਾਰਾਜ ਕਹਿੰਦੇ ਤੁਸੀਂ ਤਾਂ ਉਹਨਾਂ ਚਿਤ ਤੱਕ ਨਾਦ ਦਾ ਆਨੰਦ ਮਾਣਦੇ ਜਿੰਨਾ ਚਿਤ ਤੱਕ ਤੁਸੀਂ ਨਸ਼ੇ ਵਿੱਚ ਹੁੰਦੇ ਹੋ ਤੁਹਾਨੂੰ ਲੱਗਦਾ ਵੀ ਨਾਦ ਵੱਜਦੇ ਐ ਐਸੇ ਗੁਰਮੁਖ ਮਹਾਂਪੁਰਖ ਦੇ ਅੰਦਰ ਜਿਹੜਾ ਗੁਰੂ ਦੇ ਸ਼ਬਦ ਦੀ ਮੁੰਦਰਾ ਕੰਨਾਂ 'ਚ ਪਾਉਂਦਾ ਹੈ ਭਾਵ ਮਨ ਵਿੱਚ ਪਾਉਂਦਾ ਹੈ ਮਾਹਰ ਕਹਿੰਦੇ ਹੋਰੇ ਅੰਦਰ ਸਦਾ ਹੀ ਅਨਹਦ ਬਾਜੇ ਵੱਜਦੇ ਹੈ ਗੱਜ ਕੇ ਆਖੋ ਵਾਹਿਗੁਰੂ ਸੰਗਤ ਦੀ ਇਸ ਗੱਲ ਦਾ ਵੀ ਸਾਨੂੰ ਮੈਨੂੰ ਵੀ ਨਹੀਂ ਸੀ ਪਤਾ ਲੱਗਣਾ ਇੱਥੇ ਸੰਗਤ ਚ ਪ੍ਰੇਮੀ ਬੈਠੇ ਹੈ ਇਹਨਾਂ ਨੂੰ ਵੀ ਨਹੀਂ ਪਤਾ ਲੱਗਣਾ ਜੇ ਇਹਨਾਂ ਨੇ ਮਹਾਪੁਰਖਾਂ ਦੇ ਕੋਲੋਂ ਅਨਹਦ ਬਾਜੇ ਨਾ ਸੁਣੇ ਹੁੰਦੇ ਜੀ ਗੁਰਮੁਖਾਂ ਦੇ ਅੰਦਰ ਵੱਜਦੇ ਬਾਜੇ ਬਾਬਾ ਕਰਤਾਰ ਸਿੰਘ ਜੀ ਦੇ ਸਰੀਰ ਚ ਵੱਜਦੇ ਹੁੰਦੇ ਸੀਗੇ ਭਾਤੇ ਅਨਹਦ ਨਾਦ ਫਿਰ ਇਹ ਥੋੜੀ ਵੀ ਉਹਨਾਂ ਨੇ ਜਿੰਨਾ ਜਦੋਂ ਨਸ਼ਾ ਕਰਨਾ ਉਦੋਂ ਹੀ ਵੱਜਣੇ ਐ ਉਹ ਤੇ ਜਦੋਂ ਸੰਗਤ 'ਚ ਬਹਿ ਜਾਂਦੇ ਉਰੋਂ ਵੱਜਣ ਲੱਗ ਪੈਂਦੇ ਸਨ ਜੀ ਹਾਂਜੀ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬਿਪੂਤੰ ਸਤੇ ਪਾਛਾ ਮਹਾਰਾਜ ਕਹਿੰਦੇ ਸਿਮਰਨ ਮਹਾਰਾਜ ਕਹਿੰਦੇ ਸਿਮਰਨ ਬ੍ਰਹਮ ਦੀ ਵਿਚਾਰ ਜਿਹੜੀ ਐ ਨਾ ਆਪਣਾ ਛੋਟਾ ਬਣਾ ਲੈ ਜੋਗੀਆਂ ਨੇ ਛੋਟੇ ਫੜੇ ਹੁੰਦੇ ਆ ਗੱਜ ਕੇ ਆਖੋ ਵਾਹਿਗੁਰੂ ਛੋਟੇ ਫੜੇ ਹੁੰਦੇ ਦਸਵੇਂ ਪਾਸ਼ਾ ਨਹੀਂ ਦੱਸਦੇ ਜਦੋਂ ਝਾੜੂ ਦੀ ਗੱਲ ਆਉਂਦੀ ਹੈ ਮਾਰਾ ਕਹਿੰਦੇ ਗਿਆਨ ਹੈ ਕੀ ਬੜਨੀ ਮਨੋ ਹਾਥ ਲੈ ਮਾਰਾ ਸੱਟੇ ਪਾਛਾ ਕਹਿੰਦੇ ਬਾਹਰ ਦਾ ਕੂੜਾ ਇਕੱਠਾ ਕਰਨਾ ਹੋਵੇ ਬੰਦਾ ਬੁੱਕਰ ਫੜਦਾ ਝਾੜੂ ਫੜਦਾ ਮਾਰਾ ਕਹਿੰਦੇ ਅੰਦਰੋਂ ਚੂੜਾ ਆਪਣੇ ਅੰਦਰੋਂ ਕੂੜਾ ਕੱਢਣਾ ਗਿਆਨ ਦਾ ਬੁੱਕਰ ਫੜਦਾ ਗਿਆਨ ਦਾ ਝਾੜੂ ਫੜਦਾ ਮਾਰਾ ਕੇ ਲੈ ਛੋਟਾ ਗਾਦਾ ਫੜਨਾ ਜੋਗੀ ਨੇ ਉਹ ਵੀ ਸੁਣਦਾ ਕਹਿੰਦੇ ਪਰਮੇਸ਼ਰ ਦੀ ਵਿਚਾਰ ਦਾ ਛੋਟਾ ਫੜਨਾ ਹੈ ਗੱਜ ਕੇ ਆਖੋ ਵਾਹਿਗੁਰੂ ਮਤ ਦਾ ਛੋਟਾ ਫੜਨਾ ਗੁਰੂ ਦੀ ਮਤ ਦਾ ਇਹ ਕੰਮ ਮੇਰਾ ਗੁਰੂ ਨੇ ਮੈਨੂੰ ਵਰਜਿਆ ਇਹ ਕੰਮ ਕਰਨਾ ਹੈ ਗੁਰੂ ਦੀ ਮਤ ਦਾ ਛੋਟਾ ਹੱਥ ਵਿੱਚ ਫੜਨਾ ਹੈ ਹਾਂ ਜੀ ਹਰ ਕੀਰਤ ਰਹਿਰਾਸ ਹਮਾਰੀ ਗੁਰਮੁਖ ਪੰਥ ਅਤੀਤੰ ਫਿਰ ਰਹਿ ਰਾਸ ਕਿਹੜੀ ਐ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ ਪਰਮੇਸ਼ਰ ਦੀ ਸਿਫਤ ਕਰਨਾ ਹੀ ਆਪਣੀ ਰਹਿ ਰਾਸ ਬਣਾਲਾ ਸਿਫਤ ਕਰਨਾ ਹੀ ਰਹਿ ਰਾਸ ਬਣਾਲਾ ਗੁਰਮੁਖ ਪੰਥ ਦੇ ਉੱਤੇ ਚੱਲਣਾ ਗੁਰੂ ਦੇ ਦੱਸੇ ਰਸਤੇ ਤੇ ਚੱਲਣਾ ਹੀ ਆਪਣਾ ਮਾਰਗ ਬਣਾ ਲੈ ਸਗਲੀ ਜੋਤ ਹਮਾਰੀ ਸਮਿਆਂ ਨਾਨਾ ਵਰਨ ਅਨੇਕੰ ਤੇ ਬੈਰਾਗਣ ਰੱਖਦੇ ਜੋਗੀ ਬੈਰਾਗਣ ਕਈ ਰੱਖਦੇ ਕਈ ਮਹਾਂਪੁਰਖਾਂ ਕੋਲੋਂ ਵੇਖੋ ਤੁਸੀਂ ਬੈਰਾਗਣ ਹੁੰਦੀ ਹੈ ਗੱਜ ਕੇ ਆਖੋ ਵਾਹਿਗੁਰੂ ਸਰੀਰ ਥੱਕ ਜਾਵੇ ਤੇ ਬੈਰਾਗਣ ਦਾ ਆਸਰਾ ਲੈ ਲੈਂਦੇ ਭਗਤੀ ਕਰਦੇ ਹਾਂ ਜੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਐ ਮਹਾਰਾਜ ਕਹਿੰਦੇ ਐ ਸਾਰਿਆਂ ਵਿੱਚ ਵਾਹਿਗੁਰੂ ਨੂੰ ਵੇਖਣਾ ਇਹ ਬੈਰਾਗਣ ਬਣਾ ਲੈ ਸਾਰਿਆਂ 'ਚ ਰੱਬ ਨੂੰ ਵੇਖਣਾ ਇਹ ਬੈਰਾਗਣ ਬਣਾ ਲੈ ਕਾਹੋ ਨਾਨਕ ਸੁਣ ਪਰਥਰ ਜੋਗੀ ਪਾਰ ਬ੍ਰਹਮ ਲਿਵ ਇਕੰ ਸੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਆਪਣੇ ਮਨ ਵਿੱਚ ਗੁਰੂ ਦੇ ਸ਼ਬਦ ਨੂੰ ਸ਼ਬਦ ਦੀ ਮੰਦਰਾ ਪਾਏਗਾ ਨਾ ਭਾਵ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਏਗਾ ਉਹਦੇ ਅਨੁਸਾਰ ਆਪਣਾ ਰਸਤਾ ਬਣਾਏਗਾ ਫਿਰ ਤੇਰੇ ਮਨ ਵਿੱਚ ਲਿਵ ਲੱਗੇ ਰਹਿਣੀ ਮਨ ਟਿਕਿਆ ਰਹਿਣਾ ਸੰਗਤ ਜੀ ਜਿਵੇਂ ਛੱਤ ਖਿਲਾਣ ਵਾਸਤੇ ਖੰਭਾ ਚਾਹੀਦਾ ਨਾ ਮਹਾਰਾਜ ਨੇ ਆਖਿਆ ਬਾਣੀ ਚ ਜਿਉ ਮੰਦਰ ਕੋ ਥੰਮੈ ਹਾਂਜੀ ਥੰਮਣਾ ਦੀਵੇਂ ਛਤ ਨੂੰ ਇੱਕ ਥੰਮਾ ਖਲਾਰਦਾ ਹੈ ਇਸੇ ਤਰ੍ਹਾਂ ਮਨ ਨੂੰ ਗੁਰੂ ਦਾ ਸ਼ਬਦ ਵੀ ਖਲਾਰਦਾ ਹੈ ਤਿਉ ਗੁਰ ਕਾ ਸ਼ਬਦ ਮਨ ਹੈ ਅਸ ਥੰਮਣਾ ਜਿਨਾਂ ਚਰਿਤਕ ਗੁਰੂ ਦੇ ਸ਼ਬਦ ਦਾ ਜਾਪ ਨਹੀਂ ਸਿੱਖ ਕਰੇਗਾ ਉਹਨਾਂ ਚਰਿਤਕ ਮਨ ਡੱਕੋ ਡੋਲੇ ਖਾਂਦਾ ਰਹਿੰਦਾ ਹੈ ਸੋ ਅਰਦਾਸ ਕਰਿਓ ਮਹਾਰਾਜ ਅੱਗੇ ਕਿਉਂਕਿ ਅਗੋਂ ਦੂਜੇ ਸਵਾਲ ਦਾ ਜਵਾਬ ਜਿਹੜਾ ਸ਼ਰਾਬ ਦਾ ਉਹਨੇ ਪੁੱਛਣਾ ਉਹ ਮਹਾਰਾਜ ਨੇ ਕੱਲ ਦੇਣਾ ਇਹਨੂੰ ਸ਼ਰਾਬ ਬਾਰੇ ਵੀ ਮਹਾਰਾਜ ਨੇ ਕਹਿਣਾ ਮਹਾਰਾਜ ਕਹਿੰਦੇ ਵੀ ਤੈਨੂੰ ਸ਼ਰਾਬ ਬਣਾਉਣੀ ਦੱਸ ਦਿੰਨੇ ਆ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ ਉਹ ਕਿਵੇਂ ਬਣਾਉਣੀ ਮਹਾਰਾਜ ਕਹਿੰਦੇ ਉਹ ਵੀ ਦੱਸ ਦਿੰਦੇ ਆ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ ਆਓ 2-4 ਮਿੰਟ ਕਿਉਂਕਿ ਸੰਗਤ ਜੀ ਜਦੋਂ ਬਾਣੀ ਦੀ ਕਥਾ ਸੁਣਦੇ ਆ ਨਾ ਇਹਦੇ ਨਾਲ ਗੁਰਮੰਤਰ ਬਹੁਤ ਜ਼ਰੂਰੀ ਹੈ ਜਿੰਨਾ ਚਿਰ ਤੱਕ ਆਪਾਂ ਗੁਰਮੰਤਰ ਦਾ ਅਭਿਆਸ ਨਹੀਂ ਕਰਦੇ ਉਹਨਾਂ ਚਿਰ ਬਾਤ ਨਹੀਂ ਬਣਦੀ ਸੋ ਆਓ ਬੜੇ ਪਿਆਰ ਨਾਲ 2-4 ਮਿੰਟ ਵਾਹਿਗੁਰੂ ਸ਼ਬਦ ਦਾ ਜਾਪ ਕਰੀਏ ਸਾਰੀ ਸੰਗਤ ਬੜੇ ਪਿਆਰ ਨਾਲ ਗੱਜ ਕੇ ਕਹੋ ਬੜੇ ਧਿਆਨ ਨਾਲ ਜੋ ਰਸਨਾ ਤੋਂ ਬੋਲਣਾ ਹੈ ਕੰਨਾਂ ਤੋਂ ਧਿਆਨ ਨਾਲ ਸੁਣਨਾ ਹੈ ਮਨode ਵਿੱਚ ਰੱਖਣ ਦਾ ਯਤਨ ਕਰਨਾ ਲੱਖ ਸਿੱਧੇ ਕਰੋ ਪ੍ਰੇਮ ਦੇ ਨਾਲ ਸਾਦੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਤੋ ਜਪਣਾ ਕੰਨਾਂ ਤੋਂ ਉਹ ਸੁਣਨਾ ਬੜੇ ਧਿਆਨ ਨਾਲ ਵਾ ਪੁੱਲਾਂ ਚੁੱਕਾਂ ਦੇ ਖਿਮਾਂ ਦੀ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ